ਆਸ਼ਿਕ ਨੇ ਹੋਟਲ 'ਚ ਵੱਢ ਦਿੱਤੀ ਆਪਣੀ ਸਹੇਲੀ, ਕਰਦਾ ਸੀ ਸ਼ੱਕ। ਮੋਹਾਲੀ ਦੇ ਫੇਜ 1 ਸਥਿਤ ਇੱਕ ਹੋਟਲ 'ਚ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਸੀ, ਜਿਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਸੀ। ਮ੍ਰਿਤਕਾਂ ਦੀ ਪਛਾਣ ਨਵਾਂ ਸ਼ਹਿਰ ਦੀ ਰਹਿਣ ਵਾਲੀ ਸੁਨੀਤਾ ਵਜੋਂ ਹੋਈ ਸੀ। ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸੁਨੀਤਾ ਬੁੱਧਵਾਰ ਰਾਤ ਨੂੰ ਹੋਟਲ ਦੇ ਕਮਰੇ 'ਚ ਰੁਕੀ ਸੀ। ਲੜਕੀ ਦਾ ਕਤਲ ਉਸਦੇ ਆਸ਼ਿਕ ਵੱਲੋਂ ਕੀਤਾ ਗਿਆ ਸੀ। ਲੜਕੀ ਦੇ ਆਸ਼ਿਕ ਨੇ ਉਸਦਾ ਕਤਲ ਇਸ ਕਰਕੇ ਕੀਤਾ ਸੀ ਕਿ ਉਸਨੂੰ ਆਪਣੀ ਸਹੇਲੀ 'ਤੇ ਸ਼ੱਕ ਸੀ ਕਿ ਉਸਦੇ ਕਿਸੇ ਹੋਰ ਮੁੰਡੇ ਨਾਲ ਸੰਬੰਧ, ਅਤੇ ਜਿਸ ਤੋਂ ਬਾਅਦ ਉਸ ਹੋਟਲ ਵਿੱਚ ਬੁਲਾ ਕੇ ਆਪਣੀ ਸਹੇਲੀ ਦਾ ਕਤਲ ਕਰ ਦਿੱਤਾ ਸੀ ਅਤੇ ਆਪ ਗੜ੍ਹ ਸ਼ੰਕਰ ਚਲਾ ਗਿਆ ਅਤੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਮੁੰਡਾ ਗੜ੍ਹ ਸ਼ੰਕਰ ਦਾ ਰਹਿਣ ਵਾਲਾ ਸੀ। ਹਾਂਜੀ, ਅੱਜ ਸਾਨੂੰ ਹੋਟਲ ਤੋਂ ਇਤਲਾਹ ਮਿਲੀ ਸੀਗੀ ਕਿ ਇੱਥੇ ਜਿਹੜਾ ਹੈਗਾ ਪਰਲਿਨ ਹੋਟਲ ਹੈ ਮੋਹਾਲੀ ਪਿੰਡ ਦੇ ਵਿੱਚ, ਤੇ ਉਹਦੇ ਵਿੱਚ ਇੱਕ ਲੜਕੀ ਹੈ ਜੋ ਉੱਥੇ 2 ਦਿਨ ਤੋਂ ਰੁਕੀ ਹੋਈ ਸੀਗੀ ਆਪਣੇ ਪਾਰਟਨਰ ਦੇ ਨਾਲ, ਜਿਨ੍ਹਾਂ ਦਾ ਇੱਕ 3-4 ਸਾਲ ਦਾ ਬੱਚਾ ਵੀ ਸੀਗਾ। ਤੇ ਉਹ ਬੰਦਾ ਜਿਹੜਾ ਹੈਗਾ ਕਿ ਉੱਥੇ ਲੜਕੀ ਹੈ ਜਿਹੜੀ ਸਵੇਰੇ ਉਹਦੀ ਮੌਤ ਹੋਈ ਵੀ ਹੈ, ਬਲੱਡ ਲਾਸ ਹੋਇਆ ਹੈ, ਤੇ ਕੋਈ ਉਹਨੂੰ ਆ ਕੇ ਦੇਖਿਆ ਜਾਵੇ। ਤਾਂ ਇਮੀਡੀਏਟਲੀ ਸਾਡੇ ਜਿਹੜੇ ਹੈਗੇ ਨੇ, ਅਸੀਂ ਪੁਲਿਸ ਪਾਰਟੀ, ਮੈਂ ਵੀ, ਅਸੀਂ ਸਾਰੇ ਉੱਥੇ ਮੌਕੇ ਤੇ ਪਹੁੰਚੇ ਤੇ ਉਹ ਜਾ ਕੇ ਸਾਰਾ ਉਹਦਾ ਵੈਰੀਫਾਈ ਅਸੀਂ ਕਰਨਾ ਸਟਾਰਟ ਕੀਤਾ। ਤਾਂ ਲੜਕੀ ਜਿਹੜੀ ਸੀਗੀ ਉਹਦਾ ਨਾਮ ਸੀਗਾ ਸੁਨੀਤਾ। ਤੋ ਸੁਨੀਤਾ ਜੋ ਹੈ ਉਹ ਬਿਲੋਂਗ ਕਰਦੀ ਹੈ ਨਵਾਂ ਸ਼ਹਿਰ ਨੂੰ। ਨਵਾਂ ਸ਼ਹਿਰ ਤੋਂ ਜਿਹੜਾ ਹੈਗਾ ਰਾਹੋਂ ਥਾਣੇ ਦੇ ਵਿੱਚ ਸੁਲਤਾਨਪੁਰ ਪਿੰਡ ਪੈਂਦਾ, ਉਹ ਉੱਥੋਂ ਦੀ ਰਹਿਣ ਵਾਲੀ ਹੈ। ਉਸ ਤੋਂ ਬਾਅਦ ਜਿਹੜਾ ਉਹਦੇ ਵਿੱਚ ਜਿਹੜੇ ਲੜਕੇ ਨਾਲ ਰੁਕੀ ਹੋਈ ਸੀਗੀ ਉਹਦਾ ਨਾਮ ਜੋ ਹੈ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਇਆ ਉਹ ਹੈਗਾ ਸੁਨੀਲ। ਜੋ ਸੁਨੀਲ ਹੈ ਉਹ ਵੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈਗਾ, ਜੋ ਬਲਾਚੌਰ ਸਾਈਡ ਤੋਂ, ਜਿਹਦਾ ਪਿੰਡ ਹੈਗਾ ਚਨੋਆ, ਹਾਂ ਚਨਕੋਆ ਜਿਹੜਾ ਉਹਦਾ ਪਿੰਡ ਸੀਗਾ। ਤਾਂ ਚਨੋਆ ਜਿਹੜਾ ਪਿੰਡ ਹੈਗਾ ਉੱਥੋਂ ਦਾ ਉਹ ਮੁੰਡਾ ਰਹਿਣ ਵਾਲਾ। ਇਹਦੇ ਵਿੱਚ ਜਿਹੜੀ ਇਨੀਸ਼ੀਅਲ ਜਿਹੜੀ ਹੈਗੀ ਹਜੇ ਸਾਡੀ ਸਾਰੀ ਐਫ ਆਈ ਆਰ ਦਾ ਪ੍ਰੋਸੀਜਰ ਤੇ ਹੋਰ ਸਾਰਾ ਹਜੇ ਆਨਗੋਇੰਗ ਹੈ, ਬਟ ਮੁੱਦੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਅਸੀਂ ਉਹਨੂੰ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਬਰੀਫ ਕਰਨਾ ਜ਼ਰੂਰੀ ਸਮਝਿਆ। ਜਿਹੜਾ ਅਕਿਊਜ਼ਡ ਹੈ ਉਹ ਇਸ ਟਾਈਮ ਸਾਡੀ ਜਿਹੜਾ ਹੈਗਾ ਉਹਨੂੰ ਸਾਡੇ ਕੋਲ ਉਹ ਪੇਸ਼ ਹੋ ਗਿਆ। ਅਕਿਊਜ਼ਡ ਜਿਹੜਾ ਹੈਗਾ ਉਹ ਸਾਡੇ ਕੋਲ ਪੇਸ਼ ਹੋ ਗਿਆ। ਉਹਨੇ ਆਪਣਾ ਜਿਹੜਾ ਹੈਗਾ ਗੜ੍ਹ ਸ਼ੰਕਰ ਜਿਹੜਾ ਹੈਗਾ ਥਾਣੇ ਦੇ ਵਿੱਚ ਚੌਂਕੀ ਹੈ ਉੱਥੇ ਜਾ ਕੇ ਉਹ ਆਪ ਹੀ ਜਿਹੜਾ ਹੈਗਾ ਉੱਥੇ ਪੇਸ਼ ਹੋ ਗਿਆ। ਉਹਦਾ ਇਹ ਹੈਗਾ ਕਿ ਇਹ ਆਪਸ ਦੇ ਵਿੱਚ 4-5 ਸਾਲ ਤੋਂ ਜਿਹੜਾ ਹੈਗਾ ਰਿਲੇਸ਼ਨ ਦੇ ਵਿੱਚ ਸੀਗੇ, ਲੜਕਾ ਤੇ ਲੜਕੀ। ਲੜਕੀ ਦੀ ਪਹਿਲਾਂ ਵੀ ਮੈਰਿਜ ਹੋਈ ਵੀ ਸੀਗੀ ਉੱਥੇ ਹੀ ਚਨੋਆ ਪਿੰਡ ਦੇ ਵਿੱਚ। ਉੱਥੇ ਮੈਰਿਜ ਤੋਂ ਬਾਅਦ ਉਹ ਇਸ ਲੜਕੇ ਦੇ ਨਾਲ ਰਿਲੇਸ਼ਨ ਦੇ ਵਿੱਚ ਆ ਗਈ ਸੀਗੀ। ਮੈਰਿਜ ਦੇ ਵਿੱਚ ਵੀ ਉਹਦੇ ਕੋਲੇ ਇੱਕ ਲੜਕਾ ਸੀਗਾ, ਤੇ ਹੁਣ ਜਿਹੜਾ ਹੈਗਾ ਉਸ ਤੋਂ ਬਾਅਦ ਇਸ ਲੜਕੀ ਦੇ ਨਾਲ 4-5 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀ, ਤੇ ਇਹ ਰਿਲੇਸ਼ਨ 'ਚ ਉਹਦੇ ਕੋਲੇ ਇੱਕ ਬੱਚਾ ਸੀਗਾ। ਤੋ ਇਹ ਸਾਰੀ ਚੀਜ਼ ਸੀਗੀ, ਇਹ ਆਪਸ 'ਚ ਜੋ ਹੈ ਉਦੋਂ ਬਾਅਦ ਰਹਿ ਰਹੇ ਸੀਗੇ। ਜੋ ਹੁਣ ਉਹ ਲੜਕੇ ਨੂੰ ਅਸੀਂ ਉੱਥੋਂ ਜਦੋਂ ਉਹਨੇ ਆਪਦੇ ਆਪ ਨੂੰ ਪੇਸ਼ ਕੀਤਾ ਹੈ, ਤਾਂ ਸਾਡੀ ਜਿਹੜੀ ਹੈਗੀ ਹੈ ਉਹ ਹੁਣ ਸਾਡੇ ਕੋਲ ਇੱਥੇ ਆ ਰਿਹਾ ਹੈ ਆਪਣੇ ਜੋ ਵੀ ਵਾਰਸਾਂ ਦੇ ਨਾਲ, ਤਾਂ ਸਾਡੀ ਪੁਲਿਸ ਟੀਮ ਦੇ ਵੀ ਉੱਥੇ ਵੈਰੀਫਾਈ ਕਰਨ ਦੇ ਲਈ ਸਾਰੀ ਗੱਲ ਗਈ ਹੈ ਵੀ ਜੋ ਹੈ ਉਹ ਸਹੀ ਹੈ ਜਾਂ ਜਿਸ ਤਰ੍ਹਾਂ ਹੈਗਾ। ਤਾਂ ਉਹ ਲੜਕਾ ਹੁਣ ਸਾਡੇ ਕੋਲ ਆ ਗਿਆ, ਤਾਂ ਅਸੀਂ ਉਹ ਸਾਰੀ ਪੁੱਛਗਿੱਛ ਦੇ ਵਿੱਚ ਅਸੀਂ ਸਾਰੀ ਪਿਕਚਰ ਕਲੀਅਰ ਕਰਨੀ ਹੈ, ਤੇ ਉਸ ਤੋਂ ਬਾਅਦ ਐਜ਼ ਜੋ ਪ੍ਰੋਸੀਜਰ ਹੈ ਸਾਡਾ ਉਹਦੇ ਅਕੋਰਡਿੰਗ ਜੋ ਵੀ ਅਰੈਸਟ ਵਗੈਰਾ ਦਾ ਸਾਰਾ ਕੁਝ ਫਾਰਮੈਲਿਟੀਜ਼ ਮੁਕੰਮਲ ਜਿਹੜੀਆਂ ਹੈਗੀਆਂ ਨੇ ਉਹ ਹੋ ਜਾਣਗੀਆਂ। ਉਹਦੇ ਵਿੱਚ ਜੋ ਹੈ ਉਹ ਰੀਜ਼ਨ ਜੋ ਦੱਸ ਰਿਹਾ ਇਸ ਚੀਜ਼ ਦਾ ਵੀ ਉਹਨੇ ਕਿਉਂ ਕੀਤਾ, ਉਹਨੂੰ ਸ਼ੱਕ ਸੀਗਾ ਆਪਣੀ ਪਾਰਟਨਰ ਦੇ ਉੱਪਰ ਕਿ ਉਹ ਕਿਤੇ ਹੋਰ ਵੀ ਉਹਦਾ ਕੋਈ ਰਿਲੇਸ਼ਨਸ਼ਿਪ ਹੈ ਜਾਂ ਕੁਛ ਹੈ। ਉਸ ਦੇ ਚੱਲਦਿਆਂ ਉਹਨਾਂ ਦਾ ਆਪਸ 'ਚ ਜੋ ਤਕਰਾਰ ਹੋਇਆ ਤੇ ਉਹਦੇ ਵਿੱਚ ਇਹ ਸਾਰਾ ਜਿਹੜਾ ਵਾਕਾ ਹੋਇਆ। ਇਹਦੇ ਵਿੱਚ ਜੋ ਵੈਪਨ ਜਿਹੜਾ ਹੈਗਾ ਕਿ ਕਿਸ ਤਰੀਕੇ ਨਾਲ ਕੀਤਾ, ਉਹ ਇੱਕ ਚਾਕੂ ਹੈ ਤੇਜ਼ਧਾਰ ਚਾਕੂ ਜਿਹੜਾ ਹੈਗਾ ਨੋਰਮਲ ਜੋ ਆਪਾਂ ਜਿਸ ਤਰ੍ਹਾਂ ਯੂਜ਼ ਕਰਦੇ ਹਾਂ, ਉਹਦੇ ਨਾਲ ਉਹਨੇ ਉਹਦੇ ਗਲ ਤੇ ਵਾਰ ਕੀਤਾ।
ਤੇ ਬਾਕੀ ਜਿਹੜੀ ਹੈਗੀ ਹੈ ਪੂਰੀ ਪਿਕਚਰ ਉਹ ਡਿਊਰਿੰਗ ਫੋਰੈਂਸਿਕ ਐਨਾਲਿਸਿਸ ਪੋਸਟਮਾਰਟਮ ਦੇ ਵਿੱਚ ਜੋ ਰਿਪੋਰਟ ਆਊਗੀ ਉਹਦੇ ਵਿੱਚ ਕਲੀਅਰ ਹੋ ਜਾਏਗੀ। ਬਟ ਵਿਜੀਬਲੀ ਉਹਦੇ ਗਰਦਨ ਦੇ ਉੱਤੇ ਜਿਹੜਾ ਹੈਗਾ ਸ਼ਾਰਪ ਕੱਟ ਡੂੰਘਾ ਸੀਗਾ, ਜਿੱਥੋਂ ਲੱਗਦਾ ਹੈ ਕਿ ਸ਼ਾਇਦ ਉਹਦੇ ਕੋਲੇ ਚਾਕੂ ਵੀ ਜਿਹੜਾ ਹੈਗਾ ਉਹਦੇ ਡੈਡ ਬੋਡੀ ਕੋਲੇ ਬਰਾਮਦ ਹੋਇਆ, ਉਹ ਅਸੀਂ ਕਬਜ਼ੇ ਦੇ ਵਿੱਚ ਲਿੱਤਾ। ਤੋ ਇਹ ਪਿਕਚਰ ਹੈਗੀ। ਬੱਚਾ ਹੋਟਲ ਦੇ ਵਿੱਚ ਹੀ ਸੀਗਾ ਜੀ, ਬੱਚਾ ਹੋਟਲ ਦੇ ਵਿੱਚ ਹੀ ਸੀਗਾ। ਤੇ ਉਸ ਤੋਂ ਬਾਅਦ ਜਦੋਂ ਕੱਲ ਰਾਤ ਦੀ ਇਹ ਵਾਰਦਾਤ ਹੈ, 10-11 ਵਜੇ ਦੇ ਅਰਾਊਂਡ ਜਿਹੜਾ ਹੈਗਾ ਇਹ ਬੱਚੇ ਸਮੇਤ ਹੋਟਲ ਦੇ ਵਿੱਚੋਂ ਗਿਆ, ਬੱਚੇ ਨੂੰ ਸਮੇਤ ਹੋਟਲ ਦੇ ਵਿੱਚੋਂ ਗਿਆ। ਹਾਂਜੀ, ਉਹ ਸਾਰਾ ਹੁਣ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ, ਸਾਰੀਆਂ ਚੀਜ਼ਾਂ ਕਲੀਅਰ ਹੋਣੀਆਂ ਨੇ। ਬੱਚੇ ਦੀ ਉਮਰ ਕਿੰਨੀ ਹੈਗੀ ਆ? ਔਰ ਇਸ 3-4 ਸਾਲ ਦੇ ਕਰੀਬ ਬੱਚੇ ਦੀ ਉਮਰ ਹੈ ਜੀ, ਐਂਡ ਬੱਚਾ ਇਹਦੇ ਨਾਲ ਹੀ ਸੀਗਾ ਕੱਲ ਰਾਤ ਜਦੋਂ ਇਹ ਚਲਾ ਗਿਆ ਸੀਗਾ। ਤੇ ਹੁਣ ਵੀ ਜਦੋਂ ਇਹ ਉੱਥੇ ਥਾਣੇ ਦੇ ਵਿੱਚ ਵੀ ਜਦੋਂ ਇਹ ਉੱਥੇ ਆਪਣਾ ਗੜਸ਼ੰਕਰ ਦੇ ਵਿੱਚ ਜਾ ਕੇ ਜਦੋਂ ਇਹਨੇ ਆਪਦੇ ਆਪ ਨੂੰ ਜਿਹੜਾ ਆਪਦੀ ਡਿਪੋਜ਼ ਕੀਤਾ ਤਾਂ ਬੱਚਾ ਇਹਦੇ ਨਾਲ ਹੀ ਸੀਗਾ। ਸਰ ਫੈਮਿਲੀ ਇਨਵੈਸਟੀਗੇਸ਼ਨ ਕੋਈ ਪਤਾ ਲੱਗਿਆ ਹੋਵੇ ਕਿ ਪੂਰੇ ਪ੍ਰੀ ਪਲਾਨ ਤਰੀਕੇ ਨਾਲ ਇਹਨੇ ਮਰਡਰ ਕੀਤਾ ਜਾਂ ਆਪਸ ਚ ਇਹਦੀ ਕੋਈ ਬਹਿਸਬਾਜ਼ੀ ਹੋਈ ਹੈ? ਦੇਖੋ ਜੀ, ਇਨੀਸ਼ੀਅਲੀ ਜਿਹੜੀ ਗੱਲ ਕਲੀਅਰ ਹੋਈ ਹੈ, ਇਹ ਇੱਥੇ ਏਸੀ ਰਿਪੇਅਰ ਦਾ ਕੰਮ ਕਰਦਾ ਸੀਗਾ ਬੰਦਾ, ਤਾਂ ਇਹਦੇ ਆਪਣਾ ਇੱਕ ਉੱਥੇ ਫਲੈਟ ਦੇ ਵਿੱਚ ਕਿਤੇ ਇਹ ਮਤਲਬ ਫਲੈਟ ਨਹੀਂ, ਜਿਸ ਤਰ੍ਹਾਂ ਕੋਈ ਇੱਕ ਰੂਮ ਹੈਗਾ ਰੈਂਟ ਤੇ ਲੈ ਕੇ, ਉੱਥੇ 3-4 ਬੰਦੇ ਰਹਿੰਦੇ ਨੇ ਇਹ, ਉਹਦੇ ਵਿੱਚ ਰਹਿੰਦਾ ਸੀਗਾ। ਇਹ ਲੜਕੀ ਹੈ ਜਿਹੜੀ ਇਹ ਆਪਣੇ ਪੇਰੈਂਟਸ ਕੋਲ ਰਹਿੰਦੀ ਹੈ, ਵਿੱਚ ਦੀ ਇਹਨੂੰ ਮਿਲਣ ਆਉਂਦੀ ਸੀਗੀ। ਤੇ ਜਿਸ ਤਰ੍ਹਾਂ ਕਿਉਂਕਿ ਆਪਸ 'ਚ ਰਿਲੇਸ਼ਨਸ਼ਿਪ ਵੀ ਹੈ, ਬੱਚਾ ਵੀ ਕਹਿ ਰਹੇ ਨੇ ਕਿ ਇਹਨਾਂ ਦੋਨਾਂ ਦਾ ਸਾਡਾ ਆਪਣਾ ਬੱਚਾ ਹੈਗਾ, ਤਾਂ ਇਹ ਮਿਲਣ ਆਉਂਦੀ ਸੀਗੀ। ਤੇ ਜਦੋਂ ਮਿਲਣ ਆਏ ਸੀਗੇ ਤੇ ਨਾਲ ਹੋਟਲ ਹੈ, ਬਿਲਕੁਲ ਉਹਦੇ ਘਰ ਤੋਂ ਹਾਰਡਲੀ 1-2 ਮਿੰਟ ਦੀ ਦੂਰੀ 'ਤੇ ਹੀ ਹੈ, ਉੱਥੇ ਹੀ ਹੋਟਲ ਦੇ ਵਿੱਚ ਇਹਨੇ ਇੱਕ ਰੂਮ ਲਿੱਤਾ ਸੀਗਾ, ਜੋ ਕਿ 18 ਤਰੀਕ ਨੂੰ ਐਜ਼ ਪਰ ਆਰ ਇਨੀਸ਼ੀਅਲ ਇਨਵੈਸਟੀਗੇਸ਼ਨ 18 ਤਰੀਕ ਨੂੰ ਰਾਤ ਨੂੰ ਇਹਨੇ ਰੂਮ ਲਿੱਤਾ, ਤੇ ਉੱਥੇ ਸਮੇਤ ਬੱਚਾ ਆਪਣੀ ਪਾਰਟਨਰ ਤੇ ਇਹ ਤਿੰਨੋਂ ਉੱਥੇ ਰਹਿ ਰਹੇ ਸੀਗੇ। ਤੋ ਜੋ ਇਨੀਸ਼ੀਅਲ ਸਾਨੂੰ ਤੇ ਸਟਾਫ ਤੋਂ ਵੀ ਕਲੀਅਰ ਹੋਇਆ ਕਿ ਨੋਰਮਲ ਹੱਸ ਖੇਡ ਵੀ ਰਹੇ ਸੀਗੇ, ਵੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਉਸ ਤਰੀਕੇ ਨਾਲ ਸੀਗਾ। ਉਹ ਕੁਛ ਜਿਵੇਂ ਇਹਨਾਂ ਦਾ ਸ਼ੱਕ ਵਗੈਰਾ ਦੀ ਜਿਹੜੀ ਗੱਲ ਆਈ ਹੈ, ਉਹ ਮੌਕੇ ਦੇ ਉੱਤੇ ਜਿਸ ਤਰ੍ਹਾਂ ਕੀ ਭੱਖੀਆਂ ਤੇ ਚੀਜ਼ਾਂ ਆਈਆਂ ਨੇ, ਬਾਕੀ ਇਨਵੈਸਟੀਗੇਸ਼ਨ ਹਜੇ